ਅੱਜ ਜੋ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਪਿਛਲੇ 2 ਸਾਲ ਤੋਂ ਸ਼ੁਰੂ ਹੋਈ ਹੈ ਉਹਦਾ ਇੱਕ ਬਹੁਤ ਵੱਡਾ ਇਤਿਹਾਸਿਕ ਦਿਨ ਹੈ। ਜਦੋਂ ਲੁਧਿਆਣਾ ਦੇ ਇੰਦਰਾਪੁਰੀ ਇਲਾਕੇ 'ਚ ਜਿੱਥੇ ਜ਼ਿਆਦਾ ਮਿਡਲ ਕਲਾਸ ਆਮ ਲੋਕ ਗਰੀਬ ਲੋਕ ਰਹਿੰਦੇ ਆ ਉਸ ਇਲਾਕੇ 'ਚ ਇੱਕ ਬਹੁਤ ਹੀ ਸ਼ਾਨਦਾਰ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਹੋਇਆ। ਤੁਸੀਂ ਆਪਣੇ ਕੈਮਰਿਆਂ ਰਾਹੀਂ ਸਾਡੇ ਤੋਂ ਪਹਿਲਾਂ ਆ ਗਏ ਹੋਵੋਗੇ, ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਸ਼ਾਨਦਾਰ ਕਲਾਸਰੂਮ, ਲੈਬੋਰਟਰੀਜ਼, ਟੈਨਿਸ, ਬਾਸਕਟਬਾਲ, ਸਵਿਮਿੰਗ ਪੂਲ, ਦ ਗਰਾਊਂਡ, ਇਸ ਤੋਂ ਇਲਾਵਾ ਬਹੁਤ ਹੀ ਕੁਆਲੀਫਾਈਡ ਸਟਾਫ ਅਤੇ ਉਹ ਬੱਚੇ, ਬਹੁਤ ਸਾਰੇ ਬੱਚਿਆਂ ਨੇ ਅੱਜ ਦੱਸਿਆ ਕਿ ਉਹ ਪ੍ਰਾਈਵੇਟ ਸਕੂਲਾਂ 'ਚੋਂ ਇੱਥੇ ਆਏ ਨੇ ਕਿ ਉੱਥੇ ਵੀ ਸਾਨੂੰ ਓਨੀ ਫੈਸਿਲਿਟੀ ਨਹੀਂ ਮਿਲਦੀ ਸੀ। ਸੋ ਮੈਂ ਧੰਨਵਾਦ ਕਰਦਾ ਉਹਨਾਂ ਪੇਰੈਂਟਸ ਦਾ ਜਿਨ੍ਹਾਂ ਨੇ ਯਕੀਨ ਕੀਤਾ, ਪੰਜਾਬ ਸਰਕਾਰ ਦੇ ਜਿਹੜੇ ਸਕੂਲ ਆਫ ਐਮੀਨੈਂਸ ਨੇ, ਇਹ ਦਿੱਲੀ ਤੋਂ ਸ਼ੁਰੂ ਹੋਏ ਸੀ, ਅਰਵਿੰਦ ਕੇਜਰੀਵਾਲ ਜੀ ਨੇ, ਮਨੀਸ਼ ਸਿਸੋਦੀਆ ਜੀ ਨੇ ਦਿੱਲੀ ਸ਼ੁਰੂ ਕੀਤੇ ਸੀ ਇਹ ਸਕੂਲ ਬਣਾਉਣੇ, ਹੈਪੀਨੈਸ ਕਲਾਸਿਸ ਜਾਂ ਸਕੂਲ ਆਫ ਐਮੀਨੈਂਸ ਜਾਂ ਬਿਜ਼ਨਸ ਬਲਾਸਟਰਸ, ਉਹ ਸਾਰੇ ਅਸੀਂ ਇੱਥੇ ਕਰ ਰਹੇ ਹਾਂ ਤਾਂ ਕਾਮਯਾਬੀ ਹੋ ਰਹੀ ਹੈ ਬਹੁਤ ਵੱਡੀ। ਜਿਸ ਵੇਲੇ ਅਰਵਿੰਦ ਜੀ, ਮੈਂ ਨਾਲ ਸੀ ਗੱਡੀ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਘੁੰਮ ਰਹੇ ਸੀ ਵੋਟਾਂ ਵੇਲੇ, ਤਾਂ ਅਸੀਂ ਗਰੰਟੀਆਂ ਦੇ ਰਹੇ ਸੀ ਕਿ ਬਿਜਲੀ ਫ੍ਰੀ ਕਰ ਦਾਂਗੇ, ਸਕੂਲ ਚੰਗੇ ਬਣਾ ਦਾਂਗੇ, ਸ਼ਾਨਦਾਰ ਹਸਪਤਾਲ ਬਣਾ ਦਾਂਗੇ, ਦਵਾਈਆਂ ਮੁਫਤ ਕਰ ਦਾਂਗੇ। ਤਾਂ ਉਦੋਂ ਵਿਰੋਧੀ ਪਾਰਟੀ ਕਹਿੰਦੀ ਸੀ ਪੈਸੇ ਕਿੱਥੋਂ ਆਉਣਗੇ, ਸਾਨੂੰ ਪਤਾ ਸੀ ਇਸ ਗੱਲ ਦਾ ਕਿ ਪੈਸੇ ਇਹਨਾਂ 'ਚੋਂ ਹੀ ਆਉਣਗੇ। ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਕਿੱਡਾ ਵੱਡਾ ਖੁਲਾਸਾ ਹੋਇਆ ਕਿ 1,08,70,60,000 ਰੁਪਈਆ ਇੱਕ ਹੋਟਲ ਵਾਸਤੇ ਗੌਰਮੈਂਟ ਤੋਂ ਛੋਟ ਲੈ ਲਈ। ਸਾਨੂੰ ਪਤਾ ਸੀ ਕਿ ਪੈਸੇ ਪਹਾੜਾਂ 'ਚ ਹੀ ਪਏ ਨੇ, ਹਜੇ ਛੋਟਾ ਜਿਹਾ ਪਹਾੜ ਹੀ ਫਰੋੜਿਆ, ਹਜੇ ਬੜੇ ਵੱਡੇ ਵੱਡੇ ਪਹਾੜ ਪਏ ਨੇ। ਸੋ ਆਉਣ ਵਾਲੇ ਦਿਨਾਂ 'ਚ ਉਹਨਾਂ ਦਾ ਵੀ ਖੁਲਾਸਾ ਹੋਊਗਾ, ਜਿਹੜਾ ਲੋਕਾਂ ਦਾ ਪੈਸਾ ਲੁੱਟਿਆ ਉਹਨੂੰ ਵਾਪਸ ਖਜ਼ਾਨੇ 'ਚ ਲਿਆ ਕੇ ਦੁਬਾਰਾ ਲੋਕਾਂ 'ਤੇ ਲਾਇਆ ਜਾਊਗਾ, ਚਾਹੇ ਉਹ ਸਕੂਲਾਂ ਦੇ ਰੂਪ 'ਚ ਲਾਇਆ ਜਾਵੇ, ਚਾਹੇ ਸੜਕਾਂ ਦੇ ਰੂਪ 'ਚ ਲਾਇਆ ਜਾਵੇ, ਬਿਜਲੀ ਮੁਫਤ ਦੇ ਰੂਪ 'ਚ ਲਾਇਆ ਜਾਵੇ, ਆਮ ਆਦਮੀ ਕਲੀਨਿਕਾਂ ਦੇ ਰੂਪ 'ਚ ਲਾਇਆ ਜਾਵੇ, ਸ਼ਾਨਦਾਰ ਹਸਪਤਾਲਾਂ ਦੇ ਰੂਪ 'ਚ ਲਾਇਆ ਜਾਵੇ, ਫ੍ਰੀ ਦਵਾਈਆਂ ਦੇ ਰੂਪ 'ਚ ਲਾਇਆ ਜਾਵੇ, ਭਾਵੇਂ ਨੌਕਰੀਆਂ ਦੇਣ ਦੇ ਰੂਪ 'ਚ ਲਾਇਆ ਜਾਵੇ,